ਕਹਿੰਦੇ ਨੇ ਹਿਮਾਚਲ ਜਿਸ ਕਰਕੇ ਬੱਦਲ ਫੱਟੇ ਨੇ ਕਿ ਉੱਥੇ ਮੀਂਹ ਖਾਦਾ ਜਾ ਰਿਹਾ ਸੀ ਹੁਣ ਸਵਾਲ ਹੈ ਕਿ ਇਹ ਜਿਹੜੀ ਗੱਲ ਇਹਦੇ ਮਾਇਨੇ ਹੈ ਜਾਂ ਕੋਈ ਮਤਲਬ ਹੈ ਕਿ ਜਾਂ ਫਿਰ ਬੇਤੁਕੀ ਗੱਲ ਆ ਕੋਈ ਆਮ ਬੰਦਾ ਕਰੇ ਤੇ ਮੰਨਿਆ ਜਾ ਸਕਦਾ ਪਰ ਜਿਹੜੀ ਕੁਦਰਤੀ ਆਫਤਾਂ ਆ ਰਹੀਆਂ ਕਿ ਸ ਕੇਵਲ ਤੇ ਕੇਵਲ ਮੀਂਹ ਖਾਣ ਦੇ ਨਾਲ ਆ ਰਹੀਆਂ ਨੇ ਇਹ ਗੱਲ ਕੀਤੀ ਆ ਪੜ੍ਹੇ ਲਿਖੇ ਬੰਦੇ ਨੇ ਪੜ੍ਹੇ ਲਿਖੇ ਬੰਦੇ ਵੀ ਤਾਂ ਬਹੁਤ ਸਾਰੇ ਨੇ ਲੇਕਿਨ ਉਹ ਚੌਦੇ ਤੇ ਬੈਠੇ ਨੇ ਆਈਆਈਟੀ ਜਿਹੜੀ ਇੱਕ ਇੰਡੀਆ ਦੀ ਬਿਹਤਰੀਨ ਸੰਸਥਾ ਉਹਦੇ ਡਾਇਰੈਕਟਰ ਨੇ ਗੱਲ ਕੀਤੀ ਹੈ ਕਿ ਜਿਹੜੇ ਬੱਦਲ ਫਟੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਖਾਂ ਦੇ ਨਾਲ ਫਟੇ ਨੇ ਹੁਣ ਇੱਕ ਏਡੀ ਵੱਡੀ ਪੋਸਟ ਤੇ ਬੰਦਾ ਬੈਠਾ ਹੋਵੇ ਆਈਆਈਟੀ ਦਾ ਡਾਇਰੈਕਟਰ ਹੋਵੇ ਤੇ ਗੱਲ ਉਹ ਕੀਤੀ ਹੋਵੇ ਜਿਹੜੀ ਸ਼ਾਇਦ ਧਾਰਮਿਕ ਤੌਰ ਤੇ ਤਾਂ ਕਈਆਂ ਨੂੰ ਹজম ਹੋ ਸਕਦੀ ਹੈ ਲੇਕਿਨ ਸਾਇੰਟਿਫਿਕ ਦੇ ਤੌਰ ਤੇ ਦੇਖੀਏ ਆਇਦੇ ਯੋਗ ਦੇ ਵਿੱਚ ਜਦੋਂ ਅਸੀਂ ਚੰ드ਰਯਾਨ 3 ਦੀ ਵੀ ਕਾਮਯਾਬੀ ਕੀਤੀ ਹੈ ਦੁਨੀਆ ਦੇ ਇੱਕ ਨੰਬਰ 1 ਕੰਟਰੀ ਬਣ ਚੁੱਕਾ ਤੇ ਫਿਰ ਸਾਡੇ ਜਿਹੜੇ ਡਾਇਰੈਕਟਰ ਨੇ ਅਜਿਹੀਆਂ ਗੱਲਾਂ ਕਰ ਰਹੇ ਨੇ ਅਸਲ ਦੇ ਵਿੱਚ ਆਈਆਈਟੀ ਮੰਡੀ ਦੇ ਡਾਇਰੈਕਟਰ ਲక్ష్ਮੀਦਰ ਬਿਹੇੜਾ ਸਾਹਿਬ ਨੇ ਇੱਕ ਦਾਵਾ ਕੀਤਾ ਉਹ ਦਾਵਾ ਕੀ ਕਹਿੰਦੇ ਨੇ ਕਹਿੰਦੇ ਜਾਨਵਰਾਂ ਤੇ ਹੋ ਰਹੀ ਕਰਤੂਤਾਂ ਕਰਕੇ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟੇ ਨੇ ਤੇ ਡਿੱਗਾਂ ਡਿੱਗੀਆਂ ਨੇ ਉਹਨਾਂ ਵਿਦਿਆਰਥੀਆਂ ਨੂੰ ਇੱਕ ਪ੍ਰੋਗਰਾਮ 'ਚ ਸੰਬੋਧਨ ਕਰ ਰਹੇ ਸੀ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੀਟ ਨਾ ਖਾਓ ਉਹਨਾਂ ਨੇ ਸੌਂ ਵੀ ਚੁੱਕਣ ਵਾਸਤੇ ਕਿਹਾ ਕਿ ਤੁਸੀਂ ਅੱਜ ਸੌਂ ਖਾਓ ਕਿ ਤੁਸੀਂ ਮੀਟ ਨਹੀਂ ਖਾਓਗੇ ਔਰ ਸਭ ਤੋਂ ਵੱਡੀ ਗੱਲ ਜਿਸ ਕਾਰਨ ਵਿਵਾਦ ਵੀ ਖੜਾ ਹੋ ਗਿਆ ਔਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਿਹੇੜਾ ਸਾਹਿਬ ਦੀ ਇੱਕ ਵੀਡੀਓ ਖੂਬ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵੀਡੀਓ ਵਿੱਚ ਬਿਹੇੜਾ ਸਾਹਿਬ ਕਹਿ ਰਹੇ ਨੇ ਕਿ ਜੇਕਰ ਅਸੀਂ ਜਾਨਵਰਾਂ ਨੂੰ ਕੱਟਣਾ ਬੰਦ ਨਹੀਂ ਕਰਾਂਗੇ ਤਾਂ ਹਿਮਾਚਲ ਪ੍ਰਦੇਸ਼ ਦਾ ਨਗਾਰ ਇਸੇ ਤਰ੍ਹਾਂ ਜਾਰੀ ਰਹੇਗਾ ਤੁਸੀਂ ਜਾਨਵਰਾਂ ਨੂੰ ਕੱਟ ਰਹੇ ਹੋ ਮਾਸੂਮ ਜਾਨਵਰਾਂ ਨੂੰ ਇਸ ਦਾ ਵਾਤਾਵਰਣ ਤੇ ਨਗਾਰ ਨਾਲ ਵੀ ਇੱਕ ਸੰਬੰਧ ਜੋ ਕਿ ਤੁਸੀਂ ਅਜੇ ਦੇਖ ਨਹੀਂ ਸਕਦੇ ਪਰ ਇਹ ਹੈ ਸਚਾਈ ਹੈ ਇਹ ਜੋ ਵਾਰ-ਵਾਰ ਪਹਾੜ ਡਿਗ ਰਹੇ ਨੇ ਢਿੱਗਾ ਡਿਗ ਰੀਆਂ ਨੇ ਬੱਦਲ ਫਟ ਰਹੇ ਨੇ ਹੋਰ ਜਿਹੜੀਆਂ ਕੁਦਰਤੀ ਆਫਤਾਂ ਆ ਰਹੀਆਂ ਨੇ ਇਹ ਸਭ ਕੁਝ ਇਸ ਕਰਕੇ ਹੋ ਰਿਹਾ ਕਿ ਅਸੀਂ ਜਾਨਵਰਾਂ ਨੂੰ ਕੱਟ ਰਹੇ ਹਾਂ ਤੇ ਜਾਨਵਰਾਂ ਤੇ ਕਰਤੂਤਾਂ ਦਾ ਪ੍ਰਭਾਵ ਪੈ ਰਿਹਾ ਜਿਸ ਕਰਕੇ ਪਹਾੜ ਡਿਗ ਰਹੇ ਨੇ ਬੱਦਲ ਫਟ ਰਹੇ ਨੇ ਤੇ ਜਾਨੀ ਨੁਕਸਾਨ ਹੋ ਰਿਹਾ ਉਹਨਾਂ ਇਹ ਵੀ ਕਿਹਾ ਕਿ ਇੱਕ ਚੰਗੇ ਮਨੁੱਖ ਬਣਨ ਲਈ ਲੇ ਤੁਹਾਨੂੰ ਕੀ ਕਰਨਾ ਪਵੇਗਾ Meat ਖਾਣਾ ਛੱਡਣਾ ਪਵੇਗਾ ਚੰਗਾ ਇਨਸਾਨ ਤਾਂ ਹੀ ਬੰਦਾ ਬਣ ਸਕਦਾ ਜੇ ਤੁਸੀਂ Meat ਨਹੀਂ ਖਾਓਗੇ ਇਹ ਉਹਨਾਂ ਨੇ ਬੜੀ ਗੱਲ ਵੱਡੀ ਆਖੀ ਆ ਕਿ ਜਿਹੜੇ ਬੰਦੇ Meat ਖਾਂਦੇ ਨੇ ਸ਼ਾਇਦ ਉਹ ਚੰਗੇ ਇਨਸਾਨ ਨਹੀਂ ਹਨ ਉਹਨੇ ਵੀ ਵਿਦਿਆਰਥੀਆਂ ਨੂੰ Meat ਨਾ ਖਾਣ ਦੀ ਸੋਚ ੁੱਕਣ ਵੀ ਲਈ ਵੀ ਆਖਿਆ ਇੰਟਰਨੈਟ ਤੇ ਲੋਕਾਂ ਵੱਲੋਂ ਬਿਹੇੜਾ ਦੀਆਂ ਇਹਨਾਂ ਟਿੱਪਣੀਆਂ ਦੇ ਵੱਡੇ ਪੱਧਰ ਤੇ ਆਲੋਚਨਾ ਕੀਤੀ ਜਾ ਰਹੀ ਹੈ ਇੱਕ ਉਦਮੀ ਅਤੇ ਇੱਕ IIT ਦਿੱਲੀ ਤੋਂ ਪਾਸ ਸੰਦੀਪ ਮਾਧੂਤਾਨੇ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਿਹਾ ਪੂਰੀ ਤਰ੍ਹਾਂ ਬੇੜਾ ਬੈਠ ਚੁੱਕਾ ਹੈ ਅਜਿਹੇ ਅੰਧਵਿਸ਼ਵਾਸੀ ਮੂਰਖ ਉਹ ਸਭ ਕੁਝ ਤਬਾਹ ਕਰ ਦੇਣਗੇ ਜੋ ਪਿਛਲੇ 70 ਸਾਲਾਂ ਵਿੱਚ ਬਣਿਆ ਇਸੇ ਤਰ੍ਹਾਂ ਇੱਕ ਬਾਇਓਫਿਜ਼ਿਕਸ ਦੇ ਇੱਕ ਪ੍ਰੋਫੈਸਰ ਗੌਤਮ ਮੈਨਨ ਨੇ ਵੀ IIT ਮੰਡੀ ਦੇ ਡਾਇਰੈਕਟਰ ਦੀਆਂ ਇਹਨਾਂ ਟਿੱਪਣੀਆਂ ਨੂੰ ਨਿਰਾਸ਼ਾਜਨਕ ਇਕਰਾਰ ਦਿੱਤਾ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਡਾਇਰੈਕਟਰ ਜਿਹੜੇ ਨੇ ਬਿਹੇੜਾ ਦੀਆਂ ਟਿੱਪਣੀਆਂ ਕਰਨ ਵਿਵਾਦ ਖੜਾ ਹੋਇਆ ਹੋਵੇ ਪਿਛਲੇ ਸਾਲ ਵੀ ਉਹ ਚਰਚਾ ਵਿੱਚ ਰਹੇ ਨੇ ਜਦੋਂ ਉਹਨਾਂ ਨੇ ਦਾਵਾ ਕੀਤਾ ਸੀ ਕਿ ਪਵਿੱਤਰ ਮੰਤਰਾਂ ਰਾਹੀਂ ਉਹਨਾਂ ਨੇ ਆਪਣੇ ਦੋਸਤ ਦੇ ਘਰ ਤੇ ਪਰਿਵਾਰ ਤੋਂ ਬੁਰੀਆਂ ਆਤਮਾ ਨੂੰ ਬਾਹਰ ਕੱਢਿਆ ਸੀ ਹਾਲਾਂਕਿ ਖਬਰ ਲਿਖੇ ਜਾਂ ਤੱਕ ਇਸ ਵਿਵਾਦ ਬਾਰੇ ਬਿਹੇੜਾ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਲੇਕਿਨ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਾ ਕਿ ਜਿੱਥੇ ਜਿਸ ਕੰਟਰੀ ਦੇ ਵਿੱਚ ਚੰਦਰਯਾਨ ਤਿੰਨ ਵੀ ਕਾਮਯਾਬ ਹੋ ਚੁੱਕੇ ਨੇ ਦੁਨੀਆ ਦੇ ਇੱਕ ਵੱਡਾ ਸ਼ਕਤੀਸ਼ਾਲੀ ਦੇਸ਼ ਭਾਰਤ ਵੱਡ ਰਿਹਾ ਤੇ ਸਾਡੇ ਕੋਲ ਉੱਥੇ ਅਜੇ ਹੀ IIT ਦੇ ਡਾਇਰੈਕਟਰ ਵੀ ਨੇ IIT ਦੇ ਜਿਹੜੇ ਬੱਚਿਆਂ ਨੇ ਡਿਗਰੀਆਂ ਕਰਨੀਆਂ ਹੈਗੀਆਂ ਨੇ ਮਕੈਨੀਕਲ ਦੀਆਂ ਸਿਵਲ ਦੀਆਂ ਹੋਰ ਕਰਕੇ ਉੱਚੇ ਅਹੁਦਿਆਂ ਤੇ ਬੈਠਣੇ ਤੇ ਉਹਨਾਂ ਨੂੰ ਇਹ ਉੱਥੇ ਪੜਾਈ ਦੱਸੀ ਜਾ ਰਹੀ ਆ ਕਿ ਜੇ ਮੀਡ ਖਾਓਗੇ ਤੇ ਕੁਦਰਤੀ ਆਫਤਾਂ ਇਸ ਤਰ੍ਹਾਂ ਹੀ ਆਉਂਦੀਆਂ ਰਹਿਣਗੀਆਂ ਅੰਧਵਿਸ਼ਵਾਸ ਦੀ ਵੀ ਹੱਦ ਆ ਇੱਥੇ ਪਤਾ ਨਹੀਂ ਹਿੰਦੁਸਤਾਨ ਦੇ ਵਿੱਚ ਕੀ ਕੁਝ ਲੋਕ ਖਾ ਕੇ ਤੇ ਕੀ ਕੁਝ ਪੀ ਕੇ ਇਹ ਵੀ ਸਾਬਤ ਕਰਨ ਤੇ ਲੱਗੇ ਹੋਏ ਨੇ ਕਿ ਇਹ ਸਭ ਤੋਂ ਵਧੀਆ ਮੂਤਰ ਆ ਹੁਣ ਸਵਾਲ ਇਹ ਆ ਕਿ ਅਜਿਹੇ ਦੇਸ਼ ਦੇ ਵਿੱਚ ਜਦੋਂ ਤਕਨੀਕੀ ਯੁੱਗ ਦਾ ਜ਼ਮਾਨਾ ਹੋਵੇ ਜਦੋਂ ਸਾਇੰਟਿਫਿਕ ਯੁੱਗ ਦਾ ਜ਼ਮਾਨਾ ਹੋਵੇ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਿਆ ਹੋਵੇ ਜਿੱਥੇ ਚੈਟ ਜੀਪੀਟੀ ਵਰਗੇ ਨਵੀਆਂ-ਨਵੀਆਂ ਤਕਨੀਕਾਂ ਦੇ ਕਾਢ ਆ ਗਿਆ ਹੁਣ ਤੇ ਉਸ ਦੇਸ਼ ਦੇ ਵਿੱਚ ਲੱਗਦਾ ਕਿ ਮੂਰਖਾਂ ਦੇ ਵੀ ਕੋਈ ਕਮੀ ਨਹੀਂ ਆ ਉਹਨਾਂ ਵਿੱਚੋਂ ਮੂਰਖ ਜ਼ਿਆਦਾ ਉਹ ਨੇ ਜਿਹੜੇ ਪੜ੍ਹੇ ਲਿਖੇ ਨੇ ਅਨਪੜ੍ਹ ਬੰਦਾ ਤੇ ਮੂਰਖ ਬਣ ਸਕਦਾ ਹੈਗਾ ਇਹੋ ਜੇ ਅੰਧ ਅੰਧ ਵਿਸ਼ਵਾਸਾਂ 'ਚ ਫਸ ਸਕਦਾ ਉਹ ਪਖੰਡ ਕਰ ਸਕਦਾ ਹੈਗਾ ਲੇਕਿਨ ਜਿਹੜੇ ਖੁਦ IIT ਪਾਸ ਹੋਣ ਉਹ ਦੇਵੀ ਉਹ ਗੱਲਾਂ ਕਰਦੇ ਕਿ ਮੈਂ ਬੁਰੀਆਂ ਆਤਮਾ ਨੂੰ ਘਰਾਂ 'ਚੋਂ ਬਾਹਰ ਕੱਢ ਦਿੰਦਾ ਹੈਗਾ ਮੀਡ ਨਾ ਖਾਓ ਜੇ ਮੀਡ ਖਾਓਗੇ ਤੇ ਤੁਸੀਂ ਚੰਗੇ ਇਨਸਾਨ ਨਹੀਂ ਹੋ ਹੁਣ ਸਵਾਲ ਹੈ ਕਿ ਅਜਿਹੇ ਲੋਕਾਂ ਦਾ ਡਾਇਰੈਕਟਰ ਬਣੇ ਰਹਿਣਾ ਜ਼ਰੂਰੀ ਹੈ ਜਾਂ ਫਿਰ ਇਹਨਾਂ ਨੂੰ ਕੋਈ ਪਖੰਡੀ ਸਾਥ ਬਣ ਕੇ ਡੇਰਾ ਖੋਲ ਲੈਣਾ ਚਾਹੀਦਾ ਹੈਗਾ ਤਾਂ ਜੋ ਸਾਡੀ ਪੜ੍ਹੀ ਲਿਖੀ ਨੌਜਵਾਨ ਨੂੰ ਗਲਤ ਰਾਹ ਤੇ ਨਾ ਪਾਵੇ ਡੇਰਾ ਖੋਲ ਲੈਣ ਸੋ ਕੋ ਚੰਗੀ ਗੱਲ ਆ ਅਹੁਦਾ ਛੱਡ ਦੇਣ ਕਿਸੇ ਹੋਰ ਕਾਬਲ ਬੰਦੇ ਨੂੰ ਉੱਥੇ ਬਿਠਾ ਦੇਣਾ ਚਾਹੀਦਾ ਭਾਰਤ ਸਰਕਾਰ ਨੂੰ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰ데요 ਆ ਗਏ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ